ਦੇ ਵਿੱਚ ਇੱਕ ਵਾਰ ਫਿਰ ਤੋਂ ਤੇਂਦੂਆ ਵੇਖਿਆ ਗਿਆ ਆ ਔਰ ਇਸ ਵਾਰ ਤੇਂਦੂਆ ਗੁਰਦਾਸਪੁਰ ਵਾਲੀ ਸਾਈਡ ਦੇ ਉੱਤੇ ਆ ਔਰ ਇਹ ਬਹੁਤ ਭਿਆਨਕ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜਾ ਆ ਤੇਂਦੂਆ ਦਿਖ ਰਹੇ ਨੇ। ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਵਿੱਚ ਇਹ ਤੇਂਦੂਆ ਦੇਖਿਆ ਗਿਆ। ਦਰਅਸਲ ਇੱਕ ਪਰਿਵਾਰ ਜਿਹੜਾ ਸੀਗਾ ਕਿਤੇ ਜਾ ਰਿਹਾ ਸੀਗਾ, ਤੀਵੀਂ ਆਦਮੀ ਦੋਨੋਂ ਜਣੇ ਸੀਗੇ ਅਤੇ ਗੱਡੀ 'ਚ ਸਵਾਰ ਹੋਣ ਲੱਗਿਆਂ ਨੇ ਦੇਖਿਆ ਕਿ ਕੋਈ ਐਡੀ ਫਾਸਟ ਉਹਨਾਂ ਦੇ ਮੋੜ ਦੀ ਲੰਘਿਆ, ਹਾਲਾਂਕਿ ਉਹ ਅਜੇ ਬੈਠਣ ਹੀ ਲੱਗੇ ਸੀ ਗੱਡੀ 'ਚ ਅਤੇ ਜਦੋਂ ਨਾਲ ਦੀ ਕੋਠੀ ਦਾ CCTV ਦੇਖਿਆ ਅਤੇ ਦੇਖਿਆ ਕਿ ਇਹ ਤੇਂਦੂਆ ਆ। ਪੰਜਾਬ ਦੇ ਵਿੱਚ ਇਹ ਤੇਂਦੂਏ ਆਏ ਕਿੱਥੋਂ ਆ, ਛੱਡੇ ਕਿੱਥੋਂ ਗਏ ਆ, ਕਿਹੜੀ ਨੈਸ਼ਨਲ ਪਾਰਕ ਦੇ ਵਿੱਚੋਂ ਆਏ ਆ, ਕਿਉਂਕਿ ਸ਼ਰੇਆਮ ਇਹ ਤੇਂਦੂਆ ਪਿਛਲੇ ਜਿਹੇ ਦਿਨੀ ਵਿੱਚ ਬੜੀ ਮੁਸ਼ਕਲ ਦੇ ਨਾਲ ਇਹ ਤੇਂਦੂਆ ਫੜਿਆ ਗਿਆ ਸੀਗਾ ਅਤੇ ਇੱਕ ਵਾਰ ਫਿਰ ਤੋਂ ਹੁਣ ਇਹ CCTV ਫੁਟੇਜ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਹਦੇ ਵਿੱਚ ਤੇਂਦੂਆ ਸਾਫ਼ ਨਜ਼ਰ ਆਉਂਦਾ ਆ ਔਰ ਜੰਗਲਾਤ ਮਹਿਕਮੇ TV ਰਿਕਾਰਡਿੰਗ ਜੰਗਲਾਤ ਮਹਿਕਮੇ ਨੂੰ ਦਿਖਾਈ ਗਈ ਆ ਔਰ ਜਾਣਕਾਰੀ ਦਿੰਦਿਆਂ ਹੋਇਆਂ ਅਧਿਕਾਰੀ ਸ਼ਕਤੀ ਕਪੂਰ ਨੇ ਇਹ ਦੱਸਿਆ ਕਿ ਜਾਨਵਰ ਲੈਪਰਡ ਹੈ ਅਤੇ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਪਰ ਗੱਲ ਇਹ ਹੁੰਦੀ ਆ ਵੀ ਪੰਜਾਬ ਦੇ ਆਏ ਦਿਨ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਲੈਪਰਡ ਨਜ਼ਰ ਆ ਰਿਹਾ ਔਰ ਇਹ ਕਿਉਂ ਆ ਰਿਹਾ, ਇਹਦੇ ਉੱਤੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਔਰ ਦੱਤ ਲੋਕਾਂ ਦੀ ਜਾਨ ਮਾਲ ਅਤੇ ਪਸ਼ੂਆਂ ਡੰਗਰਾਂ ਨੂੰ ਨੁਕਸਾਨ ਹੋ ਸਕਦਾ। ਔਰ ਜੇਕਰ ਤੁਸੀਂ ਅੰਦਾਜ਼ਾ ਲਾਓ ਵੀ ਪਿੰਡਾਂ ਦੇ ਵਿੱਚ ਤਾਂ ਜਵਾਕ ਜੱਲਾ ਇੱਦਾਂ ਹੀ ਖੇਡਦਾ ਰਹਿੰਦਾ ਆ ਅਤੇ ਜੇ ਉਹਨਾਂ ਜਵਾਕ ਜੱਲੇ ਦਾ ਨੁਕਸਾਨ ਹੋ ਜਾਵੇ ਤਾਂ ਕਿੱਡਾ ਔਖਾ ਆ। ਸੋ ਫਿਲਹਾਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਖੌਫ ਦੀ ਲਹਿਰ ਹੈ। ਇਹ ਉਦੋਂ ਪਤਾ ਲੱਗਾ ਜਦੋਂ ਦੇਖੋ ਆਹ ਕਲੋਨੀ ਜਿਹੜੀ ਆ ਗੁਰਦਾਸਪੁਰ ਦੀ ਕੋਈ ਕਲੋਨੀ ਹੈ ਜਿੱਥੋਂ ਤੀਵੀਂ ਆਦਮੀ ਦੋਵੇਂ ਜਣੇ ਆਪਣੇ ਘਰ ਤੋਂ ਕਿਤੇ ਸ਼ਹਿਰ ਨੂੰ ਜਾਣ ਡਏ ਆ। ਇਵੇਂ ਕੋਈ ਰਾਤ ਨੂੰ ਨਿਕਲਦਾ, ਕੋਈ ਮੋਟਰਸਾਈਕਲ 'ਤੇ ਕੋਈ ਸਿਕਿਉਰਿਟੀ ਗਾਰਡ ਡਿਊਟੀ ਕਰਦਾ ਅਤੇ ਇਹ ਲੈਪਰਡ ਜੇ ਉੱਤੇ ਹਮਲਾ ਕਰ ਲਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡੇ ਬੁਰੇ ਹਾਲ ਆ। ਪੰਜਾਬ ਦੇ ਵਿੱਚ ਆਏ ਦਿਨ ਤੇਂਦੂਏ ਨਜ਼ਰ ਆ ਰਹੇ ਨੇ, ਪਰ ਕਿਉਂ ਨਹੀਂ ਪ੍ਰਸ਼ਾਸਨ ਕੁਝ ਕਰ ਰਿਹਾ? ਪਰ ਸਭ ਤੋਂ ਵੱਡਾ ਸਵਾਲ ਇਹ ਤੇਂਦੂਏ ਆਏ ਕਿੱਥੋਂ ਨੇ ਔਰ ਕੀ ਇਹ ਕਿਸੇ ਸਾਜਿਸ਼ ਤਹਿਤ ਪੰਜਾਬ ਦੇ ਵਿੱਚ ਨੇ, ਕਦੇ ਕਿਤੇ ਵੇਖਣ ਨੂੰ ਮਿਲ ਰਹੇ ਨੇ। ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਅੰਦਰ ਤੇਂਦੂਆ ਔਰ ਜੇ ਤੇਂਦੂਏ ਦੀ ਗੱਲ ਕੀਤੀ ਜਾਵੇ ਤਾਂ ਇਹ ਕਸਬਾ ਕਾਦੀਆਂ ਦੇ ਕੋਲ ਜਿਹੜਾ ਪੈਂਦਾ ਆ ਉੱਥੇ ਦੇਖਣ ਨੂੰ ਮਿਲਿਆ ਆ ਔਰ ਜ਼ਿਲ੍ਹਾ ਗੁਰਦਾਸਪੁਰ ਹੈ ਔਰ ਉਸ ਤੋਂ ਬਾਅਦ ਇਸ ਏਰੀਏ ਦੇ ਉੱਤੇ ਜੇ ਕਹੀਏ ਕਿ ਦਹਿਸ਼ਤ ਦਾ ਮਾਹੌਲ ਹੈ। ਹਰਚਵਾਲ ਦੇ ਕੋਲ ਜਿਹੜਾ ਆ ਕਲੋਨੀ ਬਣੀ ਆ ਜਾਂ ਮਾਡਰਨ ਕਲੋਨੀ ਆ, ਉੱਥੇ ਇਹ ਜਿਹੜਾ ਤੇਂਦੂਆ ਵੇਖਣ ਨੂੰ ਮਿਲਿਆ ਆ। ਤੁਸੀਂ ਦੇਖੋ ਤਸਵੀਰ ਦੇ ਵਿੱਚ ਕਿ ਇਹ ਤੇਂਦੂਆ ਬਿਲਕੁਲ ਉੱਦਾਂ ਦਾ ਜਿਹੜਾ ਥੋੜ੍ਹੇ ਦਿਨ ਪਹਿਲਾਂ ਫੜ ਹੋਇਆ ਸੀਗਾ। ਜੀ, ਮੇਰਾ ਨਾਮ ਹਲੀਮ ਹੈ। ਮੈਂ ਲਗਭਗ ਅੱਜ ਦੁਪਹਿਰ ਮੈਂ 3:15 ਕੇ ਆਸ ਪਾਸ ਆਪਣੀ ਵਾਈਫ ਕੇ ਸਾਥ ਕਹੀਂ ਜਾਣੇ ਕੇ ਲਈ ਨਿਕਲਾ, ਤੋ ਜੈਸੇ ਮੈਨੇ ਆਪਣੀ ਗਾੜੀ ਮੇਂ ਬੈਠ ਕੇ ਮੈਂ ਬਿਲਕੁਲ ਯਹਾਂ ਮੋੜ ਤੱਕ ਪਹੁੰਚਾ ਹੂੰ, ਤੋ ਮੁਝੇ ਯਹਾਂ ਸੇ ਜਸਟ ਬਿਲਕੁਲ ਇਸੀ ਜਗ੍ਹਾ ਸੇ ਕੁਛ ਅਜੀਬ ਸਾ ਇੱਕ ਜਾਨਵਰ ਦਿਖਾਈ ਦਿਆ ਨਿਕਲਤਾ ਹੁਆ, ਜੋ ਕਿ ਇੱਕ ਨੋਰਮਲ ਜਾਨਵਰ ਨਹੀਂ ਲਗਾ ਮੁਝੇ, ਜਿਸਕੀ ਵਜ੍ਹਾ ਸੇ ਮੈਨੇ ਯਹਾਂ ਆਸ ਪਾਸ ਲੋਗੋਂ ਕੋ ਬਤਾਇਆ, ਲੇਕਿਨ ਮੁਝੇ ਯਹਾਂ ਪੇ ਕੋਈ ਦਿਖਾਈ ਨਹੀਂ ਦਿਆ ਜਿਸਕੋ ਮੈਂ ਬਤਾ ਸਕੂੰ, ਤੋ ਇਸੀ ਵਜ੍ਹਾ ਸੇ ਮੈਂ ਜੰਗਲਾਤ ਵਾਲੋ ਕੋ ਮੈਨੇ ਫੋਨ ਕੀਆ ਹੈ, ਅਬ ਉਸ ਮਾਮਲੇ ਮੇਂ ਜੈਸਾ ਵੀ ਅੱਛੇ ਸਮਝੇ ਆਪਣੀ ਕਾਰਵਾਈ ਕੋ ਕਰੇਂ। ਹਾਂਜੀ ਸਰ, ਯਹਾਂ ਸੇ ਬਿਲਕੁਲ ਲਗਭਗ 3:12 ਜਾਂ 13 ਮਿੰਟ ਕੇ ਆਸ ਪਾਸ ਯਹਾਂ ਸੇ ਨਿਕਲਾ ਹੈ ਔਰ ਕਾਫੀ ਬੜਾ ਜਾਨਵਰ ਥਾ ਵੋ ਲਗਭਗ ਔਰ ਇਸ ਸਾਈਡ ਮੇਂ ਚਲਾ ਗਿਆ ਵੋ, ਤੋ ਮੈਨੇ ਕਾਫੀ ਦੇਖਨੇ ਕੀ ਕੋਸ਼ਿਸ਼ ਕੀ ਲੇਕਿਨ ਮੁਝੇ ਨੋਰਮਲ ਵੈਸੇ ਦਿਖਾਈ ਨਹੀਂ ਦਿਆ। ਹਾਂ, ਅਗਰ ਕੋਈ ਮੇਰੇ ਸਾਥ ਹੋਤੇ ਤੋ ਮੈਂ ਜ਼ਰੂਰ ਢੂੰਢਣੇ ਕੋਸ਼ਿਸ਼ ਕਰਤੇ ਹਾਂ। ਉਹਦੇ ਬਾਰੇ 3 ਕੁ ਵਜੇ ਦੀ ਗੱਲ ਆ, ਇੱਕ ਤੇਂਦੂਏ ਟਾਈਪ ਦਾ ਜਾਨਵਰ ਤੇਂਦੂਆ ਹੀ ਆ, ਇਹ CCTV ਕੈਮਰਿਆਂ ਦੇ ਵਿੱਚੋਂ ਪਹਿਚਾਣ ਹੋਈ ਆ। ਉੱਥੇ ਕੋਈ ਹਰਚੋਵਾਲ ਸਾਈਡ ਨੂੰ ਜਾ ਰਹੇ ਸੀ ਤੇ ਉਹਨਾਂ ਨੇ ਸਾਨੂੰ ਇਹ ਖਬਰ ਦਿੱਤੀ ਵੀ ਉੱਥੇ ਤੇਂਦੂਆ ਵੇਖਿਆ ਗਿਆ ਹੈ, ਤੇ ਜਦੋਂ ਅਸੀਂ ਉੱਥੇ ਜਾ ਕੇ ਮੌਕੇ ਤੇ ਜਾਂਚ ਪੜਤਾਲ ਕੀਤੀ CCTV ਕੈਮਰਿਆਂ ਨਾਲ ਤੇ ਤੇਂਦੂਆ ਹੀ ਨਿਕਲਿਆ ਹੈ। ਇਹਦੇ ਬਾਰੇ ਲੋਕਾਂ ਨੂੰ ਇਹੋ ਹੀ ਅਪੀਲ ਆ ਮੇਰੀ ਵੀ ਇੱਕ ਤੇ ਖਾਲੀ ਪਲਾਟ ਜਾਂ ਕੋਈ ਘਰ ਆ ਜਿਵੇਂ ਦੂਸਰੀ ਮੰਜ਼ਿਲ ਹੋ ਗਈ, ਇਹਦੀ ਛਾਲ ਵੀ ਬਹੁਤ ਜ਼ਿਆਦਾ ਹੁੰਦੀ ਆ, 10-12 ਫੁੱਟ ਤੱਕ ਛਾਲ ਵੀ ਮਾਰ ਸਕਦਾ, ਆਪਣੇ ਲਾਗੇ ਬੰਨੇ ਧਿਆਨ ਰੱਖਣ
ਲੋਕ ਵੀ ਕੋਈ ਕਿਸੇ ਦੇ ਘਰ ਬੰਦ ਆ, ਤਾਲਾ ਲੱਗਾ, ਕੋਈ ਬਾਹਰ ਅੰਦਰ ਗਿਆ ਹੈ, ਉਹਦੇ ਵੱਲੋਂ ਵੀ ਮਤਲਬ ਅਹਿਤਿਆਤ ਵਰਤਣ, ਵੀ ਉੱਥੇ ਵੀ ਛੁਪ ਸਕਦਾ, ਉੱਥੇ ਵੀ ਲੁਕ ਸਕਦਾ ਹੈ। ਜੰਗਲਾਤ ਮਹਿਕਮੇ ਵੱਲੋਂ ਸਾਡੀਆਂ ਜਿਹੜੀਆਂ ਟੀਮਾਂ ਹੈ, ਅਸੀਂ ਲੱਗੇ ਹਾਂ ਇਹਨੂੰ ਫੜਨ ਦੇ ਵਿੱਚ, ਤੇ ਜਲਦੀ ਇਹਨੂੰ ਫੜ ਲਿਆ ਜਾਏਗਾ। ਮੇਨ ਚੀਜ਼ ਇਹ ਆ ਵੀ ਲੋਕ ਸਾਵਧਾਨ ਰਹਿਣ, ਜਦੋਂ ਤੱਕ ਇਹ ਫੜਿਆ ਨਹੀਂ ਜਾਂਦਾ, ਇੱਕ ਤੇ ਛੋਟੇ ਬੱਚਿਆਂ ਨੂੰ ਬਾਹਰ ਨਾ ਭੇਜਣ, ਇੱਕ ਜਦੋਂ ਆਪ ਵੀ ਬਾਹਰ ਜਾਣ ਹੱਥ 'ਚ ਕੋਈ ਸਟਿੱਕ ਵਗੈਰਾ ਰੱਖਣ, ਡੰਡਾ ਵਗੈਰਾ ਰੱਖਣ, ਡੰਡਾ ਵੇਖ ਕੇ ਜਾਨਵਰ ਜਿਹੜਾ ਕੋਈ ਵੀ ਕਿਸੇ ਤਰੀਕੇ ਦਾ ਵੀ ਜਾਨਵਰ ਉਹ ਹਮਲਾ ਨਹੀਂ ਕਰੇਗਾ ਡੰਡਾ ਵੇਖ ਕੇ। ਤੇ ਇਹ ਵੈਸੇ ਵੀ ਖੂਨਖਾਰ ਜਾਨਵਰ ਹੁੰਦੇ, ਕਿਸੇ ਦਾ ਲਿਹਾਜ ਨਹੀਂ ਕਰਦੇ, ਕਿਸੇ ਦੇ ਮਿੱਤਰ ਨਹੀਂ ਆ। ਤੇ ਜੇ ਕਿਸੇ ਨੂੰ ਵੀ ਇਹ ਦਿਸਦਾ ਹੈ ਤੇ ਸਾਡੇ ਨਾਲ ਸੰਪਰਕ ਕਰੇ, ਜੰਗਲਾਤ ਵਿਭਾਗ ਨੂੰ ਜਾਣਕਾਰੀ ਦੇਵੇ ਵੀ, ਕਿਉਂਕਿ ਇਹ ਲੁਕ ਛੁਪ ਕੇ ਜਗ੍ਹਾ ਬਦਲ ਰਿਹਾ ਹੈ। ਕੁਛ ਦਿਨ ਪਹਿਲਾਂ ਇਹਨੂੰ ਹੋਰ ਵੀ ਕਈ ਥਾਵਾਂ ਤੇ ਵੇਖਿਆ ਗਿਆ, ਪਰ ਇਹ ਪਕੜ 'ਚ ਨਹੀਂ ਆ ਰਿਹਾ। ਇਹ ਕਾਫੀ ਖਤਰਨਾਕ ਹੈ ਵੀ ਬੰਦਾ ਜਿਹੜਾ ਬੰਦੇ ਤੇ ਹਮਲਾ ਕਰਕੇ ਬੰਦੇ ਨੂੰ ਮਾਰ ਸਕਦਾ, ਖਾ ਸਕਦਾ ਹੈ।